ਕਮਾਈ ਫੈਲ ਵੀ ਕੀਤੀ ਉਹਨਾਂ ਨੇ ਕਮਾਈ ਫੈਲ ਵੀ ਕੀਤੀ ਉਹ ਚਲੋ ਆਪਣੇ ਪੰਜਾਬੀ ਬੰਦੇ ਚਲੋ ਨਹੀਂ ਇੰਨਾ ਕਰਦਾ ਆਪਣੇ ਡਾਕਟਰ ਨੇ ਜੋ ਸਾਰੇ ਅੰਦੇ ਛੋੜ ਲਈ ਇਹਨੇ ਮਾਰਦਾ ਤੂੰ ਇਹਨੂੰ ਤਾਂ ਵੀ ਮਰਨਾ ਇੱਥੇ ਮਾਰ ਦੇ ਤੂੰ ਤਾਂ जो बैठे कुड़ियां दो मिलियां दोवां ने अपने घरों एक समान मंगाया उन्हें भी खाण पीण नूं दिता रात जो बैठे उन्होंने भी कॉफी काफी पियाई ट्रेन जाने बहुत हैल्प की उन्होंने हाँ कैंप लाए कैंपा बहुत कैंपा च भी बहुत चलो ये ना मतलब ये जो चीज़ा होंगे ना छोटी छोटी पाँच छोटी छोटी वीडियो बना के लोगों को दसो ताकि लोग साढ़े भी मतलब इन्हें आते मुहब्बत बनती हाँ जी साढ़े थोड़ी दुख बनते सू बंद ने हेल्प ਤਾਂ ਇਹ ਸਾਰਾ ਜਦੋਂ ਜ਼ਿਆਦਾ ਤੁਸੀਂ ਮਤਲਬ ਪੜ੍ਹਾਈ ਜਿਹੜੀ ਹੈ ਸਾਰੇ ਸਟੂਡੈਂਟ ਹੈ ਜ਼ਿਆਦਾ ਪਰਮਾਨੈਂਟ ਸਟੂਡੈਂਟ ਵੀ ਹੈ ਸਾਰੇ ਯਾਰ ਵਾਲੇ ਵੀ ਮਹੀਨਾ ਗਿਆ ਤਾਂ ਉਹਨੇ ਬਣਾ ਹੀ ਨਹੀਂ ਦਿੱਤਾ ट्रेन ਅਸੀਂ ਜਦੋਂ ਬੈਠੇ ਸੀ ਕੁੜੀਆਂ ਨੂੰ ਦੋ ਮਿਲੀਆਂ ਦੋਵਾਂ ਨੇ ਆਪਣੇ ਘਰੋਂ ਇੱਕ ਨੇ ਸਮਾਨ ਮੰਗਾਇਆ ਉਹਨੇ ਵੀ ਖਾਣ ਪੀਣ ਨੂੰ ਸਾਨੂੰ ਦਿੱਤਾ ਰਾਤ ਜਦੋਂ ਬੈਠੇ ਉਹਨਾਂ ਨੇ ਵੀ ਕਾਫੀ ਕਾਫੀ ਪਿਆਈ ਜਦੋਂ ਟ੍ਰੇਨ 'ਚ ਆਉਂਦੇ ਸੀ ਬਹੁਤ ਹੈਲਪ ਕੀਤੀ ਉਹਨਾਂ ਨੇ ਸਾਡੀ ਕੈਂਪ ਲਾਏ ਕੈਂਪਾਂ 'ਚ ਬਹੁਤ ਕੈਂਪਾਂ 'ਚ ਵੀ ਬਹੁਤ ਜਾਂਦੀ ਚਲੋ ਇਹ ਨਾ ਮਤਲਬ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਛੋਟੀ ਛੋਟੀ ਪਾਣੀ ਛੋਟੀ ਛੋਟੀ ਵੀਡੀਓ ਬਣਾ ਕੇ ਲੋਕਾਂ ਨੂੰ ਦੱਸੋ ਤਾਂ ਕਿ ਲੋਕਾਂ ਸਾਡੇ ਵੀ ਮਤਲਬ ਇਹਨਾਂ ਆਪਦੇ ਮੁਹੱਬਤ ਵੱਧਦੀ ਹਾਂਜੀ ਹਾਂਜੀ ਸਾਡੇ ਥੋੜ੍ਹੀ ਦੁੱਖ ਵੱਧਦੀ ਇਹ ਸਾਨੂੰ ਇਹਨਾਂ ਬੰਦਿਆਂ ਨੇ ਹੈਲਪ ਕੀਤੀ ਤਾਂ ਇਹ ਸਾਰਾ ਜਦੋਂ ਜ਼ਿਆਦਾ ਤੁਸੀਂ ਮਤਲਬ ਪੜ੍ਹਾਈ ਜਿਹੜੀ ਸਾਰੇ ਸਟੂਡੈਂਟ ਹੈ ਮਹੀਨਾ ਗਿਆ ਤਾਂ ਉਹਨੇ ਬਣਾ ਹੀ ਨਹੀਂ ਦਿੱਤਾ ਕੋਈ ਵੀ ਵਜ੍ਹਾ ਨਹੀਂ ਦੱਸ ਦਿੱਤਾ ट्रेन ਅਸੀਂ ਜਦੋਂ ਬੈਠੇ ਸੀ ਕੁੜੀਆਂ ਨੂੰ ਦੋ ਮਿਲੀਆਂ ਦੋਵਾਂ ਨੇ ਆਪਣੇ ਘਰੋਂ ਇੱਕ ਨੇ ਸਮਾਨ ਮੰਗਾਇਆ ਉਹਨੇ ਵੀ ਖਾਣ ਪੀਣ ਨੂੰ ਸਾਨੂੰ ਦਿੱਤਾ ਰਾਤ ਜਦੋਂ ਬੈਠੇ ਉਹਨਾਂ ਨੇ ਵੀ ਕਾਫੀ ਕਾਫੀ ਪਿਆਈ ਜਦੋਂ ਟ੍ਰੇਨ 'ਚ ਆਉਂਦੇ ਸੀ ਬਹੁਤ ਹੈਲਪ ਕੀਤੀ ਉਹਨਾਂ ਨੇ ਸਾਡੀ ਕੈਂਪ ਲਾਏ ਕੈਂਪਾਂ 'ਚ ਬਹੁਤ ਕੈਂਪਾਂ 'ਚ ਵੀ ਬਹੁਤ ਜਾਂਦੀ ਚਲੋ ਇਹ ਨਾ ਮਤਲਬ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਛੋਟੀ ਛੋਟੀ ਪਾਣੀ ਛੋਟੀ ਛੋਟੀ ਵੀਡੀਓ ਬਣਾ ਕੇ ਲੋਕਾਂ ਨੂੰ ਦੱਸੋ ਤਾਂ ਕਿ ਲੋਕਾਂ ਸਾਡੇ ਵੀ ਮਤਲਬ ਇਹਨਾਂ ਆਪਦੇ ਮੁਹੱਬਤ ਵੱਧਦੀ ਹਾਂਜੀ ਹਾਂਜੀ ਸਾਡੇ ਥੋੜ੍ਹੀ ਦੁੱਖ ਵੱਧਦੀ ਇਹ ਸਾਨੂੰ ਇਹਨਾਂ ਬੰਦਿਆਂ ਨੇ ਹੈਲਪ ਕੀਤੀ ਤਾਂ ਇਹ ਸਾਰਾ ਜਦੋਂ ਜ਼ਿਆਦਾ ਤੁਸੀਂ ਮਤਲਬ ਪੜ੍ਹਾਈ ਜਿਹੜੀ ਹੈ ਸਾਰੇ ਸਟੂਡੈਂਟ ਹੈ ਮਹੀਨਾ ਗਿਆ ਤਾਂ ਉਹਨੇ ਬਣਾ ਹੀ ਨਹੀਂ ਦਿੱਤਾ ਕੋਈ ਵੀ ਵਜ੍ਹਾ ਨਹੀਂ ਦੱਸ ਦਿੱਤਾ